ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਮੈਂ ਤੁਹਾਡੇ ਨਾਲ ਰਾਹੁਲ ਕਲਾ ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਕਾਂਗਰਸ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਰਾਹੁਲ ਗਾਂਧੀ ਦੀ ਯਾਤਰਾ ਭਾਰਤ ਜੋੜੋ ਯਾਤਰਾ ਜਦੋਂ ਪੰਜਾਬ ਤੋਂ ਬਾਹਰ ਹਿਮਾਚਲ ਦੇ ਵਿੱਚ ਪਹੁੰਚਦੀ ਹੈ ਤੇ ਨਾਲ ਦੀ ਨਾਲ ਹੀ ਮਨਪ੍ਰੀਤ ਬਾਦਲ ਨੇ ਆਪਣਾ ਰਿਜ਼ਾਈਨ ਵੀ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ ਹਾਲਾਂਕਿ ਕਾਂਗਰਸ ਤੋਂ ਕਾਫੀ ਨਿਰਾਸ਼ ਚਲ ਰਹੇ ਸਨ ਮਨਪ੍ਰੀਤ ਬਾਦਲ ਕਿਉਂਕਿ ਨਵੇਂ ਪ੍ਰਧਾਨ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਸਾਂਝ ਜਿਹੜੀ ਹੈ ਉਹਨਾਂ ਦੀ ਨਹੀਂ ਬਣ ਰਹੀ ਸੀ ਇਸ ਕਰਕੇ ਉਹਨਾਂ ਨੇ ਕੁਟਰ ਮਹਿਸੂਸ ਕੀਤੀ ਕਾਂਗਰਸ ਦੇ ਵਿੱਚ ਤੇ ਆਪਣਾ ਰਿਜ਼ਾਈਨ ਜਿਹੜਾ ਰਾਹੁਲ ਗਾਂਧੀ ਨੇ ਸੌਂਪ ਦਿੱਤਾ ਤੇ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਭਾਜਪਾ ਹੈੱਡਕੁਆਰਟਰ ਦਿੱਲੀ ਦੇ ਵਿੱਚ ਉਹਨਾਂ ਦਾ ਸਵਾਗਤ ਜਿਹੜਾ ਇਹ ਜ਼ੋਰਾਂ ਸ਼ੋਰਾਂ ਦੇ ਨਾਲ ਕੀਤਾ ਜਾਵੇਗਾ ਕੁਰਸੀਆਂ ਸਜਾ ਦਿੱਤੀਆਂ ਗਈਆਂ ਨੇ ਔਰ ਕਾਂਗਰਸ ਨੂੰ ਵੱਡਾ ਝਟਕਾ ਕਿਉਂਕਿ ਕਾਂਗਰਸ ਦੇ ਇੱਕ ਸੀਨੀਅਰ ਚਿਹਰਾ ਸੀ ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ ਇੱਕ ਵੱਡਾ ਚਿਹਰਾ ਸੀ ਔਰ ਜੋ ਕਾਂਗਰਸ ਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਵੀ ਰਹਿ ਚੁਕੇ ਨੇ ਮਨਪ੍ਰੀਤ ਬਾਦਲ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਦੋਂ ਅਕਾਲੀ ਦਲ ਦੇ ਨਾਲ ਸੀ ਮਨਪ੍ਰੀਤ ਬਾਦਲ ਤਾਂ ਉਸ ਸਮੇਂ ਵੀ ਵਿੱਤ ਮੰਤਰੀ ਹੀ ਬਣੇ ਹੋਏ ਸੀ ਪੰਜਾਬ ਦੇ ਫਿਰ ਉਸ ਤੋਂ ਬਾਅਦ ਆਪਣੀ ਪੀਪੀਪੀ ਪਾਰਟੀ ਬਣਾਉਂਦੇ ਨੇ ਮਨਪ੍ਰੀਤ ਬਾਦਲ ਪੀਪਲਸ ਪਾਰਟੀ ਆਫ ਪੰਜਾਬ ਬਣਾਉਂਦੇ ਔਰ ਜਿਸ ਦਾ ਹਿੱਸਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁੰਦੇ ਨੇ ਤੇ ਯਾਨੀ ਕਿ ਭਗਵੰਤ ਮਾਨ ਨੂੰ ਸਿਆਸਤ ਦੇ ਵਿੱਚ ਮਨਪ੍ਰੀਤ ਬਾਦਲ ਹੀ ਲੈ ਕੇ ਆਉਂਦੇ ਨੇ ਤਾਂ ਹੁਣ ਆਪ ਮਨਪ੍ਰੀਤ ਬਾਦਲ ਨੇ ਚੌਥੀ ਪਾਰਟੀ ਬਦਲ ਲਈ ਹੈ ਚੌਥੀ ਪਾਰਟੀ ਦੇ ਵਿੱਚ ਪਹੁੰਚ ਚੁੱਕੇ ਨੇ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਪਹਿਲਾਂ ਅਕਾਲੀ ਦਲ ਫਿਰ ਪੀਪਲਸ ਪਾਰਟੀ ਆਫ ਪੰਜਾਬ ਫਿਰ ਕਾਂਗਰਸ ਪਾਰਟੀ ਤਾਂ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਹੈੱਡਕੁਆਰਟਰ ਦਿੱਲੀ ਦੇ ਵਿੱਚ ਉਹਨਾਂ ਦੇ ਲਈ ਕੁਰਸੀਆਂ ਢਾਹ ਦਿੱਤੀਆਂ ਗਈਆਂ ਨੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਤਾਂ ਅੱਜ ਆਪਣਾ ਕਾਂਗਰਸ ਨੂੰ ਜਿਹੜਾ ਆ ਉਹ ਅਲਵਿਦਾ ਆਖ ਚੁੱਕੇ ਨੇ ਮਨਪ੍ਰੀਤ ਬਾਦਲ ਕਾਫੀ ਉਡਣ ਮਹਿਸੂਸ ਕਰ ਰਹੇ ਸੀ ਕਿਉਂਕਿ ਨਵੀਂ ਲੀਡਰਸ਼ਿਪ ਜਿਹੜੀ ਆ ਉਹਨਾਂ ਨੂੰ ਰਾਸ ਨਹੀਂ ਆ ਰਹੀ ਸੀ ਮਨਪ੍ਰੀਤ ਬਾਦਲ ਨੂੰ ਔਰ ਜੋ ਸੂਤਰਾਂ ਦੇ حوالے ਤੋਂ ਖਬਰ ਹੈ ਕਿ ਕਾਂਗਰਸ ਦੇ ਪ੍ਰਧਾਨ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਇਹਨਾਂ ਦੀ ਜਿਹੜੀ ਆ ਉਹ ਨਹੀਂ ਬਣ ਰਹੀ ਸੀ ਹਾਲਾਂਕਿ ਚਾਹੇ ਦੋਵੇਂ ਇੱਕੋ ਹੀ ਖੇਤਰ ਦੇ ਨੇੜੇ ਤੇੜੇ ਦੇ ਹੋਣ ਪਰ ਦੋਵਾਂ ਦੇ ਵਿਚਾਲੇ ਜਿਹੜੀ ਆ ਉਹ ਨਹੀਂ ਬਣ ਰਹੀ ਸੀ ਇਸ ਕਰਕੇ ਮਨਪ੍ਰੀਤ ਬਾਦਲ ਹੁਣ ਕਾਂਗਰਸ ਨੂੰ ਛੱਡ ਚੁੱਕੇ ਨੇ ਤੇ ਭਾਜਪਾ ਦੇ ਵਿੱਚ ਆ ਚੁੱਕੇ ਨੇ ਇਸ ਤੋਂ ਪਹਿਲਾਂ ਕਾਂਗਰਸ ਦੇ ਕਈ तमाम ਦਿਗਜ ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜ ਕਹਿ ਲੋ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਕਹਿ ਲੋ ਇਹ ਵੀ ਜਿਹੜੇ ਆ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਵਿੱਚ ਸ਼ਾਮਲ ਹੋ ਚੁੱਕੇ ਨੇ ਜਦੋਂ ਸੁਨੀਲ ਜਾਖੜ ਆਉਂਦੇ ਆ ਤਾਂ ਵੱਡੇ ਚਿਹਰੇ ਨਾਲ ਆਪਣੇ ਭਾਜਪਾ ਦੇ ਵਿੱਚ ਸ਼ਾਮਲ ਕਰਵਾਉਂਦੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਮਨਪ੍ਰੀਤ ਬਾਦਲ ਕਿਸ ਕਿਸ ਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ ਔਰ ਕਾਂਗਰਸ ਨੂੰ ਕਿ ਮਨਪ੍ਰੀਤ ਬਾਦਲ ਸਨ ਲਗਾਉਂਦੀ ਵੀ ਕੋਸ਼ਿਸ਼ ਕਰਦੇ ਨੇ ਕਿਉਂਕਿ ਸੁਨੀਲ ਜਾਖੜ ਦੇ ਨਾਲ ਬਲਵੀਰ ਸਿੱਧੂ ਜਾਂਦੇ ਨੇ ਮੁਹਾਲੀ ਤੋਂ ਫਿਰ ਡਾਕਟਰ ਰਾਜਕੁਮਾਰ ਵੇਰਕਾ ਜਾਂਦੇ ਨੇ ਵੱਡੇ ਚਿਹਰੇ ਜਾਂਦੇ ਨੇ ਫਿਰ ਉਸ ਤੋਂ ਇਲਾਵਾ ਸੁੰਦਰ ਸ਼ਾਮ ਅਰੋੜਾ ਜਿਹੜੇ ਉਹ ਵੀ ਭਾਜਪੀ ਦੇ ਵਿੱਚ ਚਲੇ ਜਾਂਦੇ ਨੇ ਤਿੰਨੇ ਜਿਹੜੇ ਮੰਤਰੀ ਹੁੰਦੇ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਤਾਂ ਹੁਣ ਵਿੱਤ ਮੰਤਰੀ ਸਾਬਕਾ ਪੰਜਾਬ ਦੇ ਮਨਪ੍ਰੀਤ ਬਾਦਲ ਅਕਾਲੀ ਦਲ ਤੋਂ ਬਾਅਦ ਪੀਪੀਪੀ ਪਾਰਟੀ ਯਾਨਕੀ ਪੀਪਲਸ ਪਾਰਟੀ ਆਫ ਪੰਜਾਬ ਦੇ ਵਿੱਚ ਜਾਂਦੇ ਆ ਫਿਰ ਕਾਂਗਰਸ ਦੇ ਵਿੱਚ ਜਾਂਦੇ ਆ ਤਾਂ ਹੁਣ ਉਹ ਬੀਜੇਪੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਹੁਣ ਬੀਜੇਪੀ ਦੇ ਵਿੱਚ ਥੋੜੀ ਦਿਰ ਦੇ ਅੰਦਰ ਸ਼ਾਮਲ ਹੋ ਸਕਦੇ ਨੇ ਜਾਂ ਉਹਨਾਂ ਦੇ ਲਈ ਜਿਹੜੇ ਸਵਾਗਤ ਦੇ ਲਈ ਕੁਰਸੀਆਂ ਵੀ ਨਾ ਦਿੱਤੀਆਂ ਗਈਆਂ ਨੇ ਯਾਨਕੀ ਹੁਣ ਪੂਰੇ ਪੂਰੇ ਚਰਚੇ ਔਰ ਪੂਰਾ ਪੂਰਾ ਚਾਂਸ ਹੈ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਗੱਡੀ ਜਿਹੜੀ ਉਹ ਹੈੱਡਕੁਆਰਟਰ ਪਹੁੰਚ ਚੁੱਕੀ ਹੈ ਭਾਜਪਾ ਦੇ ਤਾਂ ਇਹ ਥੋੜੀ ਦੇਰ ਦੇ ਵਿੱਚ ਸਾਫ਼ ਤਸਵੀਰ ਹੋ ਜਾਵੇਗੀ ਪਰ ਫਿਲਹਾਲ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਔਰ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ ਤਾਂ ਦੂਸਰੇ ਪਾਸੇ ਕਾਂਗਰਸ ਜਿਹੜੀ ਹੈ ਉਹ ਖਿੱਲਰ ਦੀ ਦਿਖਾਈ ਦੇ ਰਹੀ ਹੈ ਤਾਂ ਅਜਿਹੇ ਵਿਚਾਲੇ ਵੀ ਕਾਂਗਰਸ ਲਈ ਵੱਡੇ ਸੰਕਟ ਜਿਹੜੇ ਹੈ ਸਾਹਮਣੇ ਆ ਸਕਦੇ ਹੈ ਇਸ ਭਾਰਤ ਜੋੜੋ ਯਾਤਰਾ ਦੇ ਨਾਲ ਨਾਲ ਕਾਂਗਰਸ ਜਿਹੜੀ ਇਹ ਖਿਲਰ ਰਹੀ ਹੈ ਖਿੰਡ ਰਹੀ ਹੈ ਤਾਂ ਉਸ ਨੂੰ ਵੀ ਜੋੜਨ ਦੀ ਜਿਹੜੀ ਕਵਾਇਦ ਹੈ ਉਹ ਕਦੋਂ ਸ਼ੁਰੂ ਕਰੇਗੀ ਕਾਂਗਰਸ ਕਿਉਂਕਿ ਇੱਕ ਤੋਂ ਬਾਅਦ ਇੱਕ ਕਈ ਵੱਡੇ ਚਿਹਰੇ ਜਿਹੜੇ ਆ ਉਹ ਕਾਂਗਰਸ ਦਾ ਪੱਲਾ ਛੱਡ ਚੁੱਕੇ ਨੇ ਤਾਂ ਹੁਣ ਮਨਪ੍ਰਿਤ ਬਾਦਲ ਵੀ ਉਹਨਾਂ ਲੀਡਰਾਂ ਦੇ ਵਿੱਚ ਸ਼ਾਮਲ ਹੋ ਚੁੱਕੇ ਆ